हाँ जी, कल नूं वो तरीक है जी बाई भाने सिद्धू नूं रिहाई करन दी। ठीक है, ते उहदे वास्ते की तैयारियां कीतीआं ने आपां सरपंच साहब नाल भी गल करांगे, जथेदार साहब नाल भी गल करांगे भी की उहनां दी प्रशासन नाल कोई गलबात हुई है। जिहड़ा इह सारियां तैयारियां चल रहियां ने उही इह ट्रैक्टर है जिहड़ा बाई नूं सन्मान दे विच दित्ता गया सी। ठीक है, ते लओ जी सरपंच साहब कल दीआं तैयारियां ने जी। कल दियां फुल तैयारियां ने बई, सानू प्रशासन ने लिख के दिता होया कि ਉਹਦੇ ਹਿਸਾਬ ਨਾਲ ਹੀ ਚੱਲ ਰਹੇ ਹਾਂ ਅਸੀਂ। ਠੀਕ ਹੈ, ਅਸੀਂ ਕਾਨੂੰਨ ਤੋਂ ਬਾਹਰ ਹੁੰਦੇ ਨਹੀਂ। ਠੀਕ ਹੈ, ਨਾ ਕਾਨੂੰਨ ਤੋਂ ਬਾਹਰ ਹੋਈਏ ਤੇ ਕੱਲ ਨੂੰ ਆਹੀ ਟਰੈਕਟਰ ਤੇ ਬਾਈ ਨੂੰ ਬਿਠਾ ਕੇ ਲਿਆਉਣਾ, ਪਰਮਾਤਮਾ ਚੜ੍ਹਦੀ ਕਲਾ ਰੱਖੇ ਕੱਲ ਨੂੰ ਸਾਨੂੰ। ਤੇ ਜਥੇਦਾਰ ਸਾਹਿਬ ਨਾਲ ਮੈਂ ਜਥੇਦਾਰ ਸਾਹਿਬ ਤੁਹਾਨੂੰ ਇੱਕ ਦੋ ਚੀਜ਼ਾਂ ਪੁੱਛਦਾ। ਇੱਕ ਤਾਂ ਇਹ ਤਾਂ ਆਪਾਂ ਨੂੰ ਕਲੀਅਰ ਹੈ ਵੀ ਲਿਖਤੀ ਦੇ ਵਿੱਚ ਉਹਨਾਂ ਨੇ ਦਿੱਤਾ ਹੋਇਆ ਹੈ ਨਾ ਸਾਰਾ ਕੁਝ ਵੀ 10 ਤਰੀਕ ਨੂੰ ਭਾਨੇ ਸਿੱਧੂ ਨੂੰ ਰਿਹਾਅ ਕਰਨਾ। ਤੇ ਹੁਣ ਤੁਹਾਡੀ ਕੋਈ ਇੱਕ ਦੋ ਦਿਨ ਜਾਂ 3 ਦਿਨਾਂ ਦੇ ਵਿੱਚ ਕੋਈ ਮੀਟਿੰਗ ਪ੍ਰਸ਼ਾਸਨ ਨਾਲ ਜਾਂ ਕੋਈ ਕਾਲ ਕੋਈ ਗੱਲਬਾਤ ਐਵੇਂ ਦੀ ਹੋਈ ਹੈ ਵੀ ਹਾਂ 10 ਤਰੀਕ ਨੂੰ ਭਾਨੇ ਸਿੱਧੂ ਨੂੰ ਇੰਨੇ ਵਜੇ ਆਹ ਜਗ੍ਹਾ ਤੋਂ ਰਿਹਾਅ ਕਰਨਾ ਹੈ? ਤੁਸੀਂ ਤਾਂ ਤਿਆਰੀਆਂ ਸਾਰੀਆਂ ਆਹ ਕਰੀ ਬੈਠੇ ਹੋ ਹਨਾ, ਟਰੈਕਟਰ ਤਿਆਰ ਹੈ, ਬੰਦੇ ਤਿਆਰ ਨੇ, ਟਰਾਲੀਆਂ ਤਿਆਰ ਨੇ ਸਾਰੀਆਂ, ਤੇ ਲੋਕ ਜਿਹੜੇ ਉੱਥੇ ਬਾਈ ਨੂੰ ਮਿਲਣਾ ਚਾਹੁੰਦੇ ਨੇ, ਸਵਾਗਤ ਕਰਨਾ ਚਾਹੁੰਦੇ, ਉਹਨਾਂ ਵਾਸਤੇ ਕੀ ਸੁਨੇਹ ਹੈ? ਦੇਖੋ ਗੱਲ ਹੈ ਜਿਹੜੀ ਜਿਹੜੀ ਤਾਂ ਮੀਟਿੰਗ ਦੀ ਗੱਲ ਕਰਦੇ ਹਾਂ, ਕੋਈ ਹੁਣ ਕੋਈ ਨਵੀਂ ਮੀਟਿੰਗ ਆ, ਮੀਟਿੰਗ ਫਾਈਨਲ ਹੋਣ ਤੋਂ ਬਾਅਦ ਕੋਈ ਦੁਬਾਰੇ ਮੀਟਿੰਗ ਨਹੀਂ ਹੁੰਦੀ ਹੁੰਦੀ। 3 ਤਰੀਕ ਤੋਂ ਬਾਅਦ ਕੋਈ ਗੱਲਬਾਤ ਨਹੀਂ, ਕੋਈ ਮੀਟਿੰਗ ਨਹੀਂ। ਉਹਦੇ ਆਪਾਂ ਨੂੰ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਤਾ ਕਿ ਅਸੀਂ ਹਰ ਹਾਲਤ ਦੇ ਵਿੱਚ ਭਾਨੇ ਸਿੱਧੂ ਨੂੰ 10 ਤਰੀਕ ਨੂੰ ਰਿਹਾ ਕਰਾਂਗੇ। ਠੀਕ ਹੈ, ਉਹਨਾਂ ਨੇ ਪਟਿਆਲਾ ਜੇਲ੍ਹ ਦੇ ਵਿੱਚੋਂ ਕਿਹਾ ਕੋਈ ਸਮਾਂ ਦਿੱਤਾ ਸੀ ਉਸ ਦਿਨ ਵੀ 9 ਵਜੇ ਛੱਡਣਾ? ਸਮਾਂ ਉਹਨਾਂ ਨਹੀਂ ਦਿੱਤਾ ਕੋਈ, ਤਕਰੀਬਨ ਸਮਾਂ ਇਹ ਹੁੰਦਾ ਵੀ ਜਦੋਂ ਬੰਦਾ ਰਿਹਾ ਹੁੰਦਾ ਜੇਲ੍ਹ ਚੋਂ ਉਹ 5-6 ਵਜ ਜਾਂਦੇ ਆ, 5-6 ਨੂੰ ਇਹਨੂੰ ਰਿਹਾ ਕਰਨਾ ਹੁੰਦਾ। ਤੇ ਤੁਸੀਂ ਕੋਈ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪ੍ਰਸ਼ਾਸਨ ਨਾਲ ਵੀ ਆਪਾਂ ਮਾੜਾ ਮੋਟਾ ਕੋਈ ਗੱਲਬਾਤ ਕਰੀਏ? ਨਹੀਂ ਜੀ, ਇਹ ਜਿਹੜੇ ਰਾਬਤਾ ਕਾਇਮ ਕਰਨਾ ਇਹ ਜਥੇਬੰਦੀਆਂ ਨੇ ਕਰਨਾ, ਅਸੀਂ ਪਰਿਵਾਰ ਬੰਨੀ ਨੂੰ ਅਸੀਂ ਕੋਈ ਰਾਬਤਾ ਨਹੀਂ ਕਰਨਾ ਬਾਈ, ਜਾਂ ਲੱਖੇ ਹੋਣਾ ਇਸ ਦਾ ਸਿਰਫ ਇਕੱਲੇ ਪ੍ਰਬੰਧ ਕਰਨਾ। ਤੇ ਟਰੈਕਟਰ ਟਰਾਲੀਆਂ ਜਾ ਰਹੀਆਂ ਨੇ ਕੋਟ ਦੂਨੇ ਤੋਂ? ਟਰੈਕਟਰ ਟਰਾਲੀਆਂ ਜਾਣਗੀਆਂ ਜੀ, ਤੇ ਸਾਨੂੰ ਇਹ ਮੇਰਾ ਅਸੀਂ ਇੱਕ ਵੱਡਾ ਕੈਂਟਰ ਕਰ ਰਹੇ ਹਾਂ ਜੀ, ਜਿਹਨੂੰ ਬਾਈ ਦੋ ਉੱਪਰ ਖੜਾ ਕੇ ਭਾਨੇ ਨੂੰ ਲੈ ਕੇ ਆਈਏ, ਤੋਂ ਸੰਗਤ ਕਾਫੀ ਹੋ ਜਾਣੀ ਆ ਜਥੇਬੰਦੀਆਂ ਬੈਠੀ ਹੋਣ, ਤੇ ਬਾਕੀ ਉਹਦੇ ਵਿੱਚ ਮੇਨ ਜਥੇਬੰਦੀਆਂ ਖਰਾ। ਤੇ ਜੇ ਕਿਸੇ ਕੋਈ ਇੱਛਾ ਰੱਖਦਾ ਹੈ ਨਾ ਵੀ ਮੈਂ ਵੀ ਬਾਈ ਭਾਨੇ ਸਿੱਧੂ ਜਦੋਂ ਰਿਹਾਈ ਹੋਊਗੀ ਉੱਥੇ ਪਹੁੰਚਾ, ਤਾਂ ਉਹ ਕਿਤੇ ਆ ਸਕਦਾ? ਬਿਲਕੁਲ ਆ ਸਕਦਾ ਜੀ, ਅਸੀਂ ਕੱਲ ਨੂੰ ਵੈਸੇ ਜਿਹੜਾ ਟਾਈਮ ਦੇਵਾਂਗੇ ਅਸੀਂ ਤਕਰੀਬਨ ਇਹੀ ਰੱਖਿਆ ਜੀ ਵੀ ਟੂਲ ਪਲਾਜੇ ਤੇ ਆਪਾਂ ਇਕੱਠੇ ਹੋਵਾਂਗੇ, ਉੱਥੇ ਸਵਾਗਤ ਕਰਕੇ ਲੈ ਕੇ ਆਵਾਂਗੇ। ਠੀਕ ਹੈ, ਕੋਈ ਹੋਰ ਗੱਲਬਾਤ ਕੋਈ ਸੁਨੇਹਾ ਲੋਕਾਂ ਵਾਸਤੇ? ਜਿਵੇਂ ਟੋਲ ਪਲਾਜਾ ਬੜਬਰ ਬੋਲੋ ਜੀ, ਟੋਲ ਪਲਾਜਾ ਬੜਬਰ ਹੀ ਹੈ ਜੀ, ਟੋਲ ਪਲਾਜਾ ਬੜਬਰ। ਠੀਕ ਹੈ, ਉੱਥੇ ਇਕੱਠੇ ਆਵਾਂਗੇ, ਉੱਥੋਂ ਹੀ ਆਪਾਂ ਸਵਾਗਤ ਨਾਲ ਘਰੇ ਲੈ ਕੇ ਆਵਾਂਗੇ। ਠੀਕ ਹੈ, ਤੇ ਸ਼ਾਂਤਮਈ ਹੋਊਗਾ? ਬਿਲਕੁਲ ਜੀ, ਬਿਲਕੁਲ ਸ਼ਾਂਤਮਈ। ਮੈਂ ਦੇਖੋ ਆਉਣ ਵਾਲੇ ਸੱਜਣਾਂ ਨੂੰ, ਉਹਦੇ ਚਾਹਣ ਵਾਲਿਆਂ ਨੂੰ, ਉਹਦੇ ਮਿੱਤਰਾਂ ਨੂੰ ਇਹੀ ਬੇਨਤੀ ਕਰਦਾ ਵੀ ਤੁਸੀਂ ਆਓ, ਤੁਹਾਡੇ ਦਿਲ ਦੇ ਮਨ ਦੇ ਬਲਬਲੇ ਨੇ ਜੀ ਸੱਦ ਕੇ ਆਓ ਜੀ ਆਇਆਂ ਨੂੰ, ਪਰ ਆਪਾਂ ਇਹ ਜਿਹੜਾ ਮਾਹੌਲ ਆ ਬਾਰੇ ਸ਼ਾਂਤਮਈ ਢੰਗ ਦੇ ਨਾਲ ਆਉਣਾ। ਠੀਕ ਹੈ, ਠੀਕ ਹੈ ਜੀ, ਠੀਕ ਹੈ ਜੀ। ਤੇ ਦੇਖ ਲਓ ਜੀ, ਤੁਸੀਂ ਸਾਰੀ ਤਿਆਰੀ ਚੱਲ ਰਹੀ ਹੈ ਨਾ ਵੀ, ਟਰੈਕਟਰ ਵੀ ਤਿਆਰ ਹੈ ਤੇ ਨੰਬਰਦਾਰ ਹੋਰ ਸਾਰੇ। ਕੱਲ ਨੂੰ 11 ਵਜੇ ਦਾ ਟਾਈਮ ਹੈ ਬੜਬੜ ਦਾ ਬਾਈ, 11 ਵਜੇ ਦਾ? 11 ਵਜੇ ਨੂੰ ਹਾਂ ਸੰਗਤ ਪਹੁੰਚ ਜੇ ਉੱਥੇ। ਠੀਕ ਹੈ, ਹਾਂ, ਲੋਕਾਂ ਨੂੰ ਬੜਾ ਬਹੁਤ ਵੱਡਾ ਚਾਅ ਹੈ, ਹਾਂਜੀ, ਵਿਆਹ ਜਿੰਨਾ ਚਾਅ ਹੈ ਲੋਕਾਂ ਨੂੰ, ਵੱਡੀ ਗਿਣਤੀ ਦੇ ਵਿੱਚ ਲੋਕ, ਬਹੁਤ ਵੱਡੀ ਗਿਣਤੀ ਦੇ ਲੋਕ ਸਾਨੂੰ ਫੋਨ ਵੀ ਆਉਂਦੇ ਆ, ਬਹੁਤ। ਮੈਂ ਕਹਿੰਦਾ ਮੈਨੂੰ ਤਾਂ ਇਹ ਲੱਗਦਾ ਵੀ ਕਿਤੇ ਸੜਕਾਂ ਜਾਮ ਨਾ ਹੋ ਜਾਣ, ਐਡਾ ਵੱਡਾ ਇਕੱਠ ਦੇ ਲੋਕ ਸਵਾਗਤ ਦੇ ਨਾਲ ਲੈ ਕੇ ਆਉਂਦੇ। ਠੀਕ ਹੈ, ਤੇ ਬਿੱਲੇ ਬਾਈ ਤੁਸੀਂ ਕੁਝ ਕਹਿਣਾ ਚਾਹੋਗੇ? ਸਭ ਤੋਂ ਪਹਿਲੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਵੀ ਜਿੰਨੇ ਵੀ ਭਰਾ ਸੱਜਣ ਦੇਖੋ, ਸਭ ਤੋਂ ਵੱਧ ਨੌਜਵਾਨ ਉੱਪੜਨਗੇ ਕੱਲ ਨੂੰ ਜਦੋਂ ਭਾਨੇ ਸਿੱਧੂ ਦੀ ਰਿਹਾਈ ਆ, ਤੇ ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਕਰਨਾ ਚਾਹੁੰਦਾ ਵੀ ਪੁਲਿਸ ਪ੍ਰਸ਼ਾਸਨ ਤੁਹਾਨੂੰ ਰਾਹ 'ਚ ਟੱਕਰੂਗੀ, ਤੁਹਾਨੂੰ ਮੰਨ ਕੇ ਚੱਲੋ ਵੀ ਰਖਾਊਗੀ, ਵੀ ਹੱਲੜਬਾਜ਼ੀ ਕਰਨ ਦੀ ਮਜਬੂਰ ਕਰੂਗੀ, ਤੇ ਇੱਕ ਹੱਥ ਬੰਨ ਕੇ ਬੇਨਤੀ ਆ ਵੀ ਤੁਸੀਂ ਉਹਨਾਂ ਨਾਲ ਕੋਈ ਬੈਂਸ ਨਹੀਂ ਕਰਨੀ, ਚੁੱਪ ਕਰਕੇ ਸ਼ਾਂਤਮਈ ਨਾਲ ਬੜਬਰ ਟੂਲ ਬੜਬਰ ਟੂਲ ਪਲਾਜੇ 'ਤੇ ਪਹੁੰਚਿਓ। ਭਾਨਾ ਸਿੱਧੂ ਪੰਜਾਬ ਲਈ ਲੜਿਆ ਗਾ, ਲੋਕਾਂ ਲਈ ਲੜਿਆ, ਕੋਈ ਉਹਦੇ ਨਿੱਜੀ ਕੰਮ ਨਹੀਂ ਹੈਗਾ। ਮੈਂ ਪਹਿਲਾਂ ਵੀ ਅਕਸਰ ਵੀਡੀਓ ਪਾਈਆਂ ਗਈਆਂ, ਮੈਂ ਬੋਲਦਾ ਰਿਹਾ ਵੀ ਉਹਦਾ ਬਹੁਤ ਵਧੀਆ ਕੰਮ ਚੱਲਦਾ ਸੀਗਾ, ਵੀਡੀਓ ਸ਼ਾਰਟ ਵੀਡੀਓ ਪਾਉਂਦੇ ਸੀ, ਬਹੁਤ ਵਧੀਆ ਉਹਦਾ ਕੰਮ ਚੱਲਦਾ ਸੀ, ਇੱਕ ਉਹ ਸਿਰਫ ਸੇਵਾ ਕਰਨ ਲਈ ਆਇਆ ਗਾ ਅਤੇ ਉਹ ਲੋਕਾਂ ਦੀ ਸੇਵਾ ਕਰ ਰਿਹਾ ਗਾ। ਅਤੇ ਕੱਲ੍ਹ ਨੂੰ ਸ਼ਾਂਤਮਈ ਨਾਲ ਜ਼ਰੂਰ ਬੜਬੜ 11 ਵਜੇ, ਟਾਈਮ 11 ਵਜੇ ਦਾ ਜੀ, 11 ਵਜੇ ਮੋਰਨਿੰਗ 11 ਵਜੇ ਤੇ ਪਹੁੰਚਿਓ ਜ਼ਰੂਰ। ਧੰਨਵਾਦ ਜੀ। ਤੇ ਜਥੇਦਾਰ ਸਾਹਿਬ ਇੱਕ ਗੱਲ ਹੋਰ ਕਲੀਅਰ ਕਰ ਦਿਓ ਵੀ ਜਿਹੜੇ ਜਿਹੜਾ ਇਹਨਾਂ ਨੇ ਪਰਚੇ ਪਾਤੇ ਹੈ ਨਾ, 17-18 ਬੰਦਿਆਂ ਦੇ ਪਰਚੇ ਇਹਨਾਂ ਨੇ ਪਾਏ ਹੋਏ ਨੇ ਤੇ ਹੋਰ ਕੁਛ ਅਨਨੋਨ ਬੰਦਿਆਂ ਤੇ ਨੇ, ਜੇ ਕੱਲ੍ਹ ਨੂੰ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਫਿਰ ਉਹਦੇ ਵਾਸਤੇ ਕੋਈ ਅੱਗੇ? ਦੇਖੋ ਜੀ, ਜਥੇਬੰਦੀਆਂ ਪਹਿਲਾਂ ਪਹਿਲਾਂ ਵੀ ਖੜੀਆਂ ਨੇ, ਬਾਈ ਲੱਖੇ ਵਰਗੀ ਸਾਰੀ ਟੀਮ ਆ ਜਿਹੜੀ ਉਹ ਖੜੀ ਹੈ, ਤੇ ਫਿਰ ਵੀ ਸੱਚ ਦਾ ਸਾਥ ਜਿਹੜਾ ਜਥੇਬੰਦੀਆਂ ਨੇ ਲੋਕਾਂ ਨੇ ਦੇਣਾ, ਬਿਲਕੁਲ ਖੜਨਗੇ ਜੀ ਆਪਾਂ। ਠੀਕ ਹੈ ਜੀ, ਹੋਰ ਕੋਈ ਗੱਲਬਾਤ ਨਹੀਂ ਰਹੇਗੀ ਕਰਨ ਵਾਲੀ? ਬਿਲਕੁਲ ਜੀ, ਬਸ ਹੁਣ ਤਿਆਰੀਆਂ ਫੁੱਲ ਨੇ, ਕੋਈ ਗੱਲਬਾਤ ਨਹੀਂ, ਸਾਨੂੰ ਇਸ ਗੱਲ ਦਾ ਟਾਈਮ ਹੈ ਜਿਹੜਾ ਉਹ ਸੁਣੋ ਬਾਈ, ਲੱਖਾਂ ਸਮਾਂ ਤੇ ਟਾਈਮ ਹੈ ਜਥੇਬੰਦੀਆਂ ਤਕਰੀਬ, ਬਾਕੀ ਬਾਅਦ ਚ ਵੀ ਕਲੀਅਰ ਕਰ ਦਿਆਂਗੇ, ਬਾਕੀ ਸ਼ਾਂਤਮਈ ਨਾਲ। ਤੇ ਸਾਨੂੰ ਉਮੀਦ ਹੈ ਪ੍ਰਸ਼ਾਸਨ ਤੇ ਵੀ ਜਿਹੜੀ ਗੱਲ ਕਰਕੇ ਗਏ ਉਹ ਸਿਰੇ ਚੜਾਉਣਗੇ। ਠੀਕ ਹੈ ਜੀ, ਹਾਂ, 10 ਗੁਰਹਾ ਕਰਨਗੇ। ਚਲੋ।